बैक दोस्तों, एक बार थोड़ा फिर वेलकम करता वा थोड़े अपने चैनल पंजाब यार ऑफिशियल विच। ते पहला तो मैं आप सब का धन्यवाद करना चाहुंदा वा कि तुसी सारियां वीडियोस नूं इन्ना प्यार दे रहे हो, माण बख्श रहे हो। ते अज असीं आए हां शहर गुरैं विच, ते अज थानूं असीं मिलाउण जा रहे हां कुछ परसनैलिटीज नाल जो कि शहर गुरैं तों वी ने, शहर गुरैं दे लागे छागे पिंडां तों वी ने। इन्हां ने एक मिल के कॉन्सैप्ट शुरू किया वा, एक मिल के एक अच्छी सेध लई ਤਾਂ ਕਿ ਬਹੁਤ ਸਾਰੇ ਲੋਕ ਅੱਜ ਜੋ ਬੇਰੁਜ਼ਗਾਰ ਨੇ ਘਰਾਂ ਵਿੱਚ ਜਾਂ ਪਾਰਟ ਟਾਈਮ ਕੰਮ ਕਰਨੇ ਚਾਹੁੰਦੇ ਨੇ, ਉਹਨਾਂ ਲਈ ਇੱਕ ਬਿਜ਼ਨਸ ਸਟਾਰਟ ਕੀਤਾ ਵਾ। ਆਓ ਜਾਣਦੇ ਹਾਂ ਕੀ ਉਹ ਬਿਜ਼ਨਸ ਅਤੇ ਕਿਸੇ ਤੋਂ। ਦੋਸਤੋ ਆਓ ਤੁਹਾਨੂੰ ਮਿਲਾਉਂਦੇ ਹਾਂ ਮਿਸਟਰ ਨੀਰਜ ਜੀ ਨਾਲ, ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ, ਬਹੁਤ ਵਧੀਆ ਸੇਧ ਦੇਣਾ ਚਾਹੁੰਦੇ ਨੇ। ਆਓ ਨੀਰਜ ਤੋਂ ਜਾਣਦੇ ਹਾਂ ਕੀ ਉਪਰਾਲਾ, ਕੀ ਸੇਧ ਆ। ਹੈਲੋ ਨੀਰਜ ਜੀ। ਹੈਲੋ ਜੀ। ਹੈਲੋ ਜੀ ਸਰ। ਸਰ ਮੈਂ ਪੰਜਾਬ ਬਾਜ਼ਾਰ ਅਫੀਸ਼ੀਅਲ ਤੋਂ ਅੱਜ ਤੁਹਾਡੇ ਨਾਲ ਮਤਲਬ ਜੋ ਵਿਚਾਰ ਸਾਂਝੇ ਕਰਨ ਆਇਆ ਵਾਂ ਕਿ ਕਿਸ ਤਰੀਕੇ ਨਾਲ ਤੁਸੀਂ ਇੱਕ ਉਪਰਾਲਾ ਅਪਣਾਇਆ ਵਾ ਜਾਂ ਕਿਹੜੀ ਮਤਲਬ ਬਿਜ਼ਨਸ ਤੁਸੀਂ ਅੱਗੇ ਗਰੋਥ ਕਰ। ਬਹੁਤ ਬਹੁਤ ਵੈਲਕਮ ਨਾ, ਤੁਸੀਂ ਸਾਡੇ ਇੱਥੇ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਨਾ ਵੀ ਤੁਸੀਂ ਇੰਨੀ ਵਧੀਆ ਸਪੋਰਟ ਸਿਸਟਮ ਸਾਨੂੰ ਦੇ ਰਹੇ ਹੋ। ਠੀਕ ਹੈ ਜੀ। ਤੇ ਮੈਂ ਦੱਸਣਾ ਚਾਹੁੰਦਾ ਥੋੜਾ ਬਹੁਤ ਆਪਣੇ ਬਾਰੇ। ਮੇਰਾ ਨਾਮ ਹੈਗਾ ਨੀਰਜ, ਮੈਂ ਲੋਕਲ ਪਿੰਡ ਤੋਂ ਹੀ ਬਿਲੋਂਗ ਕਰਦਾ। ਠੀਕ ਹੈ ਜੀ। ਤੇ ਬਾਏ ਪ੍ਰੋਫੈਸ਼ਨ ਮੈਂ ਗੱਲ ਕਰਾਂ ਤੇ ਅੱਜ ਤੋਂ ਮੈਂ 6 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਟੱਡੀ ਕਰਨ ਚਲੇ ਗਿਆ ਸੀਗਾ। ਠੀਕ ਹੈ। ਕਿਉਂਕਿ ਦੇਖੋ ਸਿੰਪਲ ਜੀ ਗੱਲ ਹੈ, ਅੱਜ ਤੁਹਾਨੂੰ ਮੈਂ ਇੱਕ ਕੰਮ ਦੀ ਗੱਲ ਦੱਸੂੰਗਾ ਇੱਥੇ। ਠੀਕ ਹੈ। ਵੀ ਤੁਸੀਂ ਮੇਰੇ ਆਫਿਸ ਦੇ ਵਿੱਚ ਆਏ ਹੋ। ਠੀਕ ਹੈ। ਮੈਂ ਤੁਹਾਨੂੰ ਮੇਰੇ ਆਫਿਸ ਦਾ ਪੂਰਾ ਮੇਨ ਮੋਟਿਵ ਦੱਸੂਗਾ ਵੀ ਕੀ ਆਫਿਸ ਦੇ ਵਿੱਚ ਆਪਾਂ ਰੀਜ਼ਨ ਕੀ ਆਪਾਂ ਅੱਜ ਘਰ ਬੈਠ ਕੇ ਪੈਸੇ ਕਮਾ ਕਿੱਦਾਂ ਸਕਦੇ ਹਾਂ ਜੀ। ਠੀਕ ਹੈ ਜੀ। ਤੇ ਬਾਏ ਪ੍ਰੋਫੈਸ਼ਨ ਮੈਂ ਇੱਕ ਫਾਰਮਾਸਿਸਟ ਹਾਂ। ਦੈਨ ਤੁਹਾਨੂੰ ਪਤਾ ਹੀ ਆ ਪੈਂਡੈਮਿਕ ਸਿਚੁਏਸ਼ਨ ਚੱਲ ਰਹੀ ਹੈ ਕੋਰੋਨਾ ਦੇ ਵਿੱਚ, ਹੈ ਨਾ। ਬਹੁਤ ਸਾਰੇ ਬੰਦੇ ਜੋਬਲੈਸ ਹੋ ਰਹੇ ਨੇ। ਠੀਕ ਹੈ ਜੀ। ਆਪਣੀ ਕਹਿ ਲਓ ਵੀ ਜਿਹੜੀ ਇਹ ਅਪੋਰਚੁਨਿਟੀ ਆ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਜਿਹੜੇ ਵਰਕ ਫਰੋਮ ਹੋਮ ਕਰਨਾ ਚਾਹੁੰਦੇ ਆ। ਓਕੇ। ਠੀਕ ਹੈ ਜੀ। ਤੁਹਾਨੂੰ ਜਿੱਦਾਂ ਪਤਾ ਹੀ ਆ ਵੀ ਅੱਜ ਕੱਲ੍ਹ ਸਾਰਾ ਕੰਮ ਆਨਲਾਈਨ ਹੋ ਚੁੱਕਾ, ਹੈ ਨਾ ਜੀ। ਬਿਲਕੁਲ। ਠੀਕ ਹੈ। ਚਾਹੇ ਸਕੂਲ ਹੋਣ, ਕਾਲਜਿਸ ਹੋਣ, ਹਰ ਕੋਈ ਬੈਂਕਿੰਗ ਹੋਵੇ, ਆਨਲਾਈਨ ਸਾਰਾ ਕੁਛ ਹੋ ਚੁੱਕਾ। ਠੀਕ ਹੈ ਜੀ। ਤੇ ਇਹ ਜਿਹੜੀ ਅਪੋਰਚੁਨਿਟੀ ਆ ਅੱਜ ਆਪਾਂ ਨੂੰ ਵਰਕ ਫਰੋਮ ਹੋਮ ਦੇ ਰੂਪ ਦੇ ਵਿੱਚ ਆਪਾਂ ਨੂੰ ਮਿਲਦੀ ਪਈ ਹੈ। ਸੋ ਇਹਦੇ ਵਿੱਚ ਕਿਹੜੇ ਵਰਗ ਦੇ ਲੋਕ ਆ ਸਕਦੇ ਨੇ, ਮਤਲਬ ਲੇਡੀਜ਼, ਜੈਂਟਸ, ਜਾਂ ਮਤਲਬ ਕਿਹਨਾਂ ਲਈ ਮਤਲਬ ਤੁਸੀਂ ਓਪਰਚੁਨਿਟੀ ਮਤਲਬ ਪ੍ਰੋਵਾਈਡ ਕਰਨਾ ਚਾਹੁੰਦੇ ਹੋ? ਦੇਖੋ ਬ੍ਰਦਰ, ਇਹਦੇ ਵਿੱਚ 18 ਸਾਲ ਤੋਂ ਪਲੱਸ ਵਾਲੇ ਜਿਹੜੇ ਮਰਜ਼ੀ ਵਰਗ ਦੇ ਬੰਦੇ ਆ ਸਕਦੇ ਨੇ। ਠੀਕ ਹੈ। ਚਾਹੇ ਉਹ ਐਜੂਕੇਟਡ ਹੋਣ, ਚਾਹੇ ਨਾਨ ਐਜੂਕੇਟਡ ਹੋਣ। ਠੀਕ ਹੈ। ਤੇ ਤੁਹਾਡਾ ਮੇਨ ਮੋਟਿਵ ਇੱਥੇ ਕੀ ਹੈ ਆਫਿਸ ਵਿੱਚ, ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਜਾਂ ਮਤਲਬ ਕਿਹੜੀ ਓਪਰਚੁਨਿਟੀ ਨਾਲ ਉਹਨਾਂ ਨੂੰ ਮਤਲਬ? ਓਕੇ ਜੀ। ਓਕੇ ਬ੍ਰਦਰ, ਇਹ ਦੇਖੋ ਜਿਹੜੀ ਅਪੋਰਚੁਨਿਟੀ ਇਹਨੂੰ ਵਰਲਡ ਦੀ ਬੈਸਟ ਅਪੋਰਚੁਨਿਟੀ ਕਿਹਾ ਜਾਂਦਾ। ਠੀਕ ਹੈ ਜੀ। ਇਹਦੇ ਵਿੱਚ ਬਹੁਤ ਜ਼ਿਆਦਾ ਮੇਰੇ ਨਾਲ ਯੂਥ ਵਰਕ ਕਰ ਰਿਹਾ ਜਿਹੜਾ ਕਿ ਆਨਲਾਈਨ ਘਰ ਬੈਠ ਕੇ ਬਹੁਤ ਸਾਰੇ ਪੈਸੇ ਕਮਾ ਰਹੇ ਨੇ। ਓਕੇ। ਠੀਕ ਹੈ ਜੀ। ਆਪਣੇ ਡ੍ਰੀਮਸ ਨੂੰ ਫੁਲਫਿਲ ਕਰ ਰਹੇ ਨੇ। ਠੀਕ ਹੈ। ਤੇ ਕੁਛ ਹੋਰ ਦੱਸਣਾ ਚਾਹੋਗੇ ਆਪਣੇ ਬਾਰੇ ਜਾਂ ਕਿੱਥੇ ਆਫਿਸ ਲੋਕੇਟ ਕਰਦਾ ਵਾ, ਕਿੱਥੇ ਤੁਹਾਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਵਾ? ਬਿਲਕੁਲ ਜੀ, ਬਿਲਕੁਲ ਦੱਸਾਂਗੇ। ਦੇਖੋ ਸਿੰਪਲ ਜੀ ਗੱਲ ਹੈ ਬ੍ਰਦਰ, ਇਹ ਜਿਹੜਾ ਆਫਿਸ ਹੈ ਗੁਰਾਇਆ ਸਿਟੀ ਦੇ ਵਿੱਚ ਬਿਲੋਂਗ ਕਰਦਾ। ਠੀਕ ਹੈ। ਓਕੇ। ਤੇ ਥੱਲੇ ਜਿਹੜੀ ਹੈਗੀ HDFC ਬੈਂਕ ਆ ਉਹਦੇ ਉੱਪਰ, ਠੀਕ ਹੈ, ਜਿਹੜੀ ਬਿਲਡਿੰਗ ਹੈ ਉੱਥੇ ਸਾਡਾ ਆਫਿਸ ਹੈ। ਠੀਕ ਹੈ। ਜੇ ਕੋਈ ਵੀ ਪਰਸਨ ਲਾਈਫ ਨੂੰ ਚੇਂਜ ਕਰਨਾ ਚਾਹੁੰਦਾ ਜਾਂ ਪੈਸੇ ਕਮਾਉਣਾ ਚਾਹੁੰਦਾ, ਠੀਕ ਹੈ ਜੀ, ਵਰਕ ਫਰੋਮ ਹੋਮ ਕਰਕੇ ਘਰ ਤੋਂ ਬੈਠ ਕੇ ਕਿੱਦਾਂ ਪੈਸੇ ਕਮਾਉਣੇ ਆ, ਉਹਨਾਂ ਨੂੰ ਅਸੀਂ ਦੱਸ ਰਹੇ ਹਾਂ, ਅਸੀਂ ਗਾਈਡ ਕਰਦੇ ਉਸ ਪਰਸਨ ਨੂੰ। ਠੀਕ ਹੈ ਜੀ। ਠੀਕ ਹੈ। ਇੱਥੇ ਜੇ ਕੋਈ ਵੀ ਪਰਸਨ ਨੂੰ ਵਰਕ ਫਰੋਮ ਹੋਮ ਦੀ ਨੀਡ ਆ ਤਾਂ ਉਹ ਸਾਡੇ ਨਾਲ ਇੱਥੇ ਆਫਿਸ ਆ ਕੇ ਵਿਜ਼ਿਟ ਕਰ ਸਕਦਾ। ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ, ਬਹੁਤ ਵਧੀਆ ਸੇਧ ਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਵਰਕ ਫਰੋਮ ਹੋਮ ਕਰਕੇ ਜਾਂ ਪਾਰਟ ਟਾਈਮ ਕੰਮ ਕਰਕੇ ਪੈਸਾ ਕਮਾ ਸਕਦੇ ਹਾਂ। ਸਰ ਇੱਕ ਗੱਲ ਹੋਰ ਜਾਣਨਾ ਚਾਹੁੰਦਾ ਗਾ, ਜਿਹੜੇ ਲੋਕ ਨੌਕਰੀ ਪੇਸ਼ੇ ਵਾਲੇ ਨੇ ਉਹ ਵੀ ਇਹ ਵਰਕ ਨੂੰ ਕਰ ਸਕਦੇ ਨੇ? ਬਿਲਕੁਲ ਜੀ, ਬਿਲਕੁਲ, ਜਿਹੜਾ ਮਰਜ਼ੀ ਨੌਕਰੀ ਪੇਸ਼ੇ ਵਾਲੇ ਹੋਣ ਉਹ ਸਾਰੇ ਇਸ ਵਰਕ ਨੂੰ ਕਰ ਸਕਦੇ ਨੇ। ਮਤਲਬ ਨਾਲ ਪਾਰਟ ਟਾਈਮ ਅਰਨਿੰਗ ਲੈ ਸਕਦੇ ਆ? ਬਿਲਕੁਲ। ਸੈਕੰਡ ਸੋਰਸ ਆਫ ਇਨਕਮ ਮੈਨੂੰ ਲੱਗਦਾ ਲਾਈਫ ਦੇ, ਮਤਲਬ ਇਸ ਯੰਗ ਜਨਰੇਸ਼ਨ ਵਿੱਚ, ਮਤਲਬ ਇਹਨਾਂ ਨੇ ਇੱਕ ਵਧੀਆ ਉਪਰਾਲਾ ਸੋਚਿਆ, ਬਹੁਤ ਵਧੀਆ ਸੇਧ ਦਿੱਤੀ ਲੋਕਾਂ ਨੂੰ। ਤੇ ਮੈਂ ਅਪੀਲ ਕਰਾਂਗਾ ਇੱਕ ਵਾਰ ਇਹਨਾਂ ਦੇ ਆਫਿਸ ਆ ਕੇ ਜ਼ਰੂਰ ਵਿਜ਼ਿਟ ਕਰੋ। ਤੇ ਬਾਕੀ ਜਿਸ ਤਰੀਕਾ ਤੁਸੀਂ ਸਾਡੀ ਬਾਕੀ ਵੀਡੀਓ ਨੂੰ ਪਿਆਰ ਕਰ ਰਹੇ ਹੋ, ਇਸ ਵੀਡੀਓ ਨੂੰ ਵੀ ਪਿਆਰ ਦੇਣਾ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਤੁਹਾਨੂੰ ਕਿਵੇਂ ਲੱਗੀ। ਥੈਂਕ ਯੂ। ਧੰਨਵਾਦ।